ਇੰਟਰਸਿਟੀ ਬੱਸ ਦੇ ਸਫ਼ਰ ਕੀਤਾ ਯਾਰ, ਮੋਸਟ ਵਰਸਟ ਬੱਸ ਆ, ਉਹ ਯਾਰ ਚੀਪੈਸਟ ਹੋਮ ਤੇ ਆ, ਮੋਸਟ ਇੰਪੋਰਟੈਂਟ ਥਿੰਗ ਕੀ ਇੱਥੇ ਕੀ ਆ, ਗਿਫਟ ਹੋਮਸ ਤੇ ਆਇਆ ਸਾਡਾ, ਬੱਚੇ ਕਿਡਨੈਪ ਕਰਦੇ ਹੁੰਦੇ ਉਹ ਵੈਨ ਆਈ ਸਾਨੂੰ ਲੈਣ ਵਾਸਤੇ। 4:53 ਮਿੰਟ ਹੋ ਚੁੱਕੇ ਆ, ਆਪਣੀ ਬਲੌਗ ਅੱਜ ਸਟਾਰਟਿੰਗ ਬਹੁਤ ਹੀ ਲੇਟ ਹੁੰਦੀ ਪਈ ਆ ਗਾਇਸ, ਫਾਈਨਲੀ ਗਾਇਸ ਆਪਣੀ ਜਰਨੀ ਸਟਾਰਟ ਹੋਣ ਜਾ ਰਹੀ ਹੈ ਸਿੱਧੀ ਮਿਜ਼ੋਰਮ ਦੀ। ਮੇਰੀ ਫਲਾਈਟ ਆ ਦਿੱਲੀ ਤੋਂ ਮਿਜ਼ੋਰਮ, ਤੇ ਫਲਾਈਟ ਮੇਰੀ ਹੈਗੀ ਆ 12:00, 14 ਤਰੀਕ ਨੂੰ, ਅੱਜ ਹੈਗੀ 13, ਮੈਂ ਦਿੱਲੀ ਪਹੁੰਚੂਗਾ ਬਾਏ ਬੱਸ, ਤੇ ਬੱਸ ਦਾ ਟਾਈਮ ਹੈਗਾ ਮੇਰਾ ਰਾਤ 10 ਵਜੇ ਦਾ, ਸਵੇਰੇ ਆਪਾਂ ਪਹੁੰਚਾਂਗੇ ਉੱਥੇ ਅਰਾਊਂਡ ਦਿੱਲੀ 6:30 ਵਜੇ, ਤਾਂ ਫਿਰ ਗਾਂ ਉੱਥੋਂ ਕੈਬ ਕਰਾ ਕੇ ਜਿੱਦਾਂ ਵੀ ਹੋਊਗਾ ਤੁਹਾਨੂੰ ਦੱਸਾਂਗਾ ਬਲੌਗ ਵਿੱਚ, ਦੇਖੀ ਜਾਓ ਬਸ। ਆਲਰੇਡੀ ਆਪਣਾ ਸਾਰਾ ਸਮਾਨ ਪੈਕ ਹੋ ਗਿਆ ਆ, ਆਲ ਡਨ ਆ, ਤੇ ਆਪਾਂ ਚੱਲੀਏ ਹੁਣ ਸਿੱਧਾ ਜਲੰਧਰ ਬੱਸ ਸਟੈਂਡ ਵੱਲ ਨੂੰ। ਗਾਇਸ ਆਪਾਂ ਫਾਈਨਲੀ ਪਹੁੰਚ ਗਏ ਆ ਕਸ਼ਮੀਰੀ ਗੇਟ ਦਿੱਲੀ। ਫਾਈਨਲੀ ਆਪਾਂ ਮਿਜ਼ੋਰਮ ਲੈਂਡ ਹੋ ਚੁੱਕੇ ਆ, ਤੇ ਹੁਣ ਚੱਲੇ ਆ ਹੋਮ ਸਟੇ। ਆਹ ਮੈਡਮ ਤੋਂ ਲੈਣ ਵਾਸਤੇ ਆਈਏ, ਆਪਾਂ ਇਹਨਾਂ ਨਾਲ ਚੱਲੇ ਆ ਹੋਮ ਸਟੇ, ਬੱਚੇ ਕਿਡਨੈਪ ਕਰਦੇ ਹੁੰਦੇ ਉਹ ਵੈਨ ਆਈ ਸਾਨੂੰ ਲੈਣ ਵਾਸਤੇ। ਹੈਲੋ ਜੀ, ਫਾਈਨਲੀ ਆਪਾਂ ਪਹੁੰਚ ਗਏ ਆਪਣੇ ਹੋਮ ਸਟੇ, ਗਿਫਟ ਹੋਮ ਸਟੇ ਆ ਆਇਆ ਸਾਡਾ, ਤੇ ਆਹ ਅਸੀਂ ਗੱਡੀ ਵਿੱਚ ਆਏ ਆ, ਇਹ ਗੱਡੀ ਹੈਗੀ ਆ ਜਿਹਦੇ ਵਿੱਚ ਬਚਪਨ ਵਿੱਚ ਆਪਾਂ ਕਹਿੰਦੇ ਹੁੰਦੇ ਸੀਗੇ ਨਾ ਕਿ ਇਹ ਬੱਚੇ ਚੁੱਕਣ ਵਾਲੀ ਆ, ਤੇ ਆਹ ਸਾਡਾ ਲਗੇਜ ਆ, ਤੇ ਆਹ ਭਾਈ ਦਿੱਲੀ ਤੋਂ ਆ, ਤੇ ਆਹ ਭਾਈ ਬਦਰੀਨਾਥ ਤੋਂ, ਤੇ ਹੁਣ ਆਪਾਂ ਚੱਲਦੇ ਆ ਅੰਦਰ। ਇਹਨਾਂ ਦੇ ਆ ਦੋ ਨੰਨੇ ਮੁੰਨੇ ਡੋਗ ਆ ਇੱਥੇ, ਇੱਧਰ ਇਨਕੁਆਇਰੀ ਕਰਦੇ ਪਏ ਆ ਕਿ ਆਪਾਂ ਜਿਹੜੇ ਜਿਨ੍ਹਾਂ ਦੇ ਹੋਮ ਸਟੇ ਵਿੱਚ ਰਹਿਣ ਆਏ ਨਾ, ₹300 ਦਾ ਚਾਰਜ ਕਰਦੇ ਆ 300 ਤੋਂ 400 ਰੁਪਇਆ ਲੱਗੇ ਭਾਇਆ, ਜੇ ਕੋਈ 300 ਠੀਕ ਆ, 400 ਤਾਂ ਵੀ ਠੀਕ ਆ, ਬਾਰਗਿੰਗ ਕਰਕੇ ਆਪਾਂ 300 ਰੁਪਏ ਦੇ ਆਰਾਮ ਨਾਲ ਇੱਕ ਕਮਰਾ ਫੋਰ ਵਨ ਡੇ ਲਈ ਬੁੱਕ ਕਰ ਸਕਦੇ ਆ। ਤੇ ਦਿਖਦਾ ਕਿੱਦਾਂ ਦਾ ਮੈਂ ਤੁਹਾਨੂੰ ਦੱਸ ਦਵਾਂ, ਸਟਾਰਟਿੰਗ ਵਿੱਚ ਕਿਚਨ ਆ ਜਾਂਦੀ ਹੈ, ਇੱਦਾਂ ਕਿ ਅਸੀਂ ਆਪਣਾ ਇੱਥੇ ਬਣਾਉਣ ਨੂੰ ਵੀ ਖਾਣਾ ਖੁਣਾ ਖਾ ਖੋ ਸਕਦੇ ਆ, ਇੱਦਾਂ ਗੈਸ ਪੈ ਜਾਂਦਾ ਆ, ਤੇ ਜੋ ਵੀ ਕਰੋਕਰੀ ਆ ਉਹ ਬਣਿਆ, ਤੇ ਗੀਜ਼ਰ ਮਿਲ ਜਾਂਦਾ ਆ, ਇੱਧਰ ਭਾਂਡੇ ਧੋਣ ਨੂੰ ਟੰਕ ਵੀ ਲੱਗਾ ਹੋਇਆ ਆ, ਇੱਧਰ ਜੇ ਤੁਸੀਂ ਖਾਣਾ ਆਪ ਹੀ ਬਣਾ ਕੇ ਖਾਣਾ ਚਾਹੁੰਦੇ ਹੋ ਤਾਂ ਵੀ ਖਾ ਸਕਦੇ ਆ, ਇੱਧਰ ਭਾਂਡੇ ਭੁੰਡੇ ਪੂਰੇ ਮਿਲ ਜਾਂਦੇ ਆ, ਬਰਤਨ ਬੁਰਤਨ, ਤੇ ਸਾਰਾ ਸਿਸਟਮ ਮਤਲਬ ਮਿਲ ਜਾਂਦਾ ਪੂਰਾ, ਇੱਧਰ ਫਰਿੱਜ ਵੀ ਮਿਲ ਜਾਂਦੀ ਆ, ਠੀਕ ਆ ਜੀ, ਤੇ ਫਰਿੱਜ ਵੀ ਯੂਜ਼ ਕਰ ਸਕਦੇ ਆ, ਤੇ ਸਭ ਤੋਂ ਮੋਸਟ ਇੰਪੋਰਟੈਂਟ ਥਿੰਗ ਕੀ ਇੱਥੇ ਕੀ ਆ, ਇੱਥੇ ਸਾਫ਼ ਸਫਾਈ ਦਾ ਧਿਆਨ ਬਹੁਤ ਰੱਖਣਾ ਪੈਂਦਾ ਆ, ਇੱਧਰ ਰੂਮ ਆ ਅਮਿਲ ਤੋਂ ਆਏ ਹੋਏ ਦੋ ਭਰਾ ਉਹ ਰਹਿੰਦੇ ਆ, ਇੱਧਰ ਵੀ ਏਰੀਆ ਹੈਗਾ ਆ ਮੈਨ ਨੂੰ ਵਧੀਆ ਆ, ਦਿਨੇ ਵਿਊ ਵਧੀਆ ਆਊਗਾ, ਹਨੇਰਾ ਪੈ ਗਿਆ ਆ, 10,000 ਥੱਕ ਬਹੁਤ ਹੋ ਗਿਆ ਸੀਗਾ, ਜਲੰਧਰ ਤੋਂ ਦਿੱਲੀ ਗਿਆ ਬਾਏ ਬੱਸ, ਮੈਂ ਇੰਟਰਸਿਟੀ ਬੱਸ ਵਿੱਚ ਸਫ਼ਰ ਕੀਤਾ ਯਾਰ,
ਮੋਸਟ ਵਰਸ ਬੱਸ ਆ, ਬਹੁਤ ਜ਼ਿਆਦਾ ਗੰਦੀ ਬੱਸ ਆ, ਉਹਦੇ ਵਿੱਚ ਟਰੈਵਲ ਭੁੱਲ ਕੇ ਵੀ ਨਾ ਕਰਿਓ, ਕਿਉਂਕਿ ਯਾਰ ਨਾ ਤਾਂ ਉਹ ਵਾਸ਼ਰੂਮ ਯੂਜ਼ ਕਰ ਦਿੰਦੇ ਆ, ਫੈਸਿਲਿਟੀਆਂ ਬਹੁਤ ਮੈਂਸ਼ਨ ਕੀਤੀਆਂ ਹੁੰਦੀਆਂ ਟਿਕਟ ਦੇ ਉੱਪਰ, ਬਟ ਉਹ ਯੂਜ਼ ਕਰਨ ਕੁਛ ਨਹੀਂ ਦਿੰਦੇ ਹੈਗੇ। ਬਾਲਕਨੀ ਤੋਂ ਕੁਛ ਇੱਦਾਂ ਰਿਵਿਊ ਮਿਲਦਾ ਆ, ਇੱਕ ਕਮਰਾ ਆ ਆਪਣੇ ਕੋਲ, ਠੀਕ ਹੈ ਜੀ, ਇੱਧਰ ਵੀ ਦੋ ਭਰਾ ਆ, ਤੇ ਇਹਨਾਂ ਨੂੰ ਕੀ ਮਿਲਿਆ, ਇੱਧਰ ਈਸ਼ਾ ਆ, ਠੀਕ ਹੈ ਜੀ, ਇੱਧਰ ਬੁੱਕ ਸ਼ੈਲ ਆ, ਇੱਧਰ ਵਾਸ਼ਰੂਮ ਆ, ਇੱਧਰ ਕਬਰਡ ਮਿਲ ਜਾਂਦੀ ਆ, ਠੀਕ ਆ, ਤੇ ਇੱਧਰ ਲਗੇ ਲੁਗੇ ਸਾਰਾ ਪਿਆ ਇਹਨਾਂ ਦਾ, ਇੱਧਰ ਰੂਮ ਤੁਹਾਡੇ ਬਾਈ ਦਾ ਆ, ਇੱਧਰ ਸਾਰਾ ਸਮਾਨ ਸਮੂਨ ਰੱਖਿਆ, ਇੱਧਰ ਸ਼ੀਸ਼ਾ ਲੱਗਾ ਆ, ਇੱਧਰ ਕਬਰਡ ਮਿਲ ਜਾਂਦੀ ਆ, ਸਮਾਨ ਸਮੂਨ ਪਿਆ ਆ, ਵਾਸ਼ਰੂਮ ਵਧੀਆ ਆ, ਇੱਧਰ ਖਿੜਕੀ ਵੀ ਲੱਗੀ ਹੋਈ ਆ, ਗੀਜ਼ਰ ਵੀ ਲੱਗਾ ਹੋਇਆ ਯਾਰ, ਇੱਥੇ ਪਰ ਪਰਸਨ ਦਾ ਚਾਰਜ ਕਰਦੇ ਆ 300-400 ਰੁਪਏ ਲੱਗਾ ਪਾਇਆ, ਜੇ ਕੋਈ 400 ਮੰਗੇ ਤਾਂ ਵੀ ਠੀਕ ਆ, ਜੇ ਕੋਈ 300 ਮੰਗਿਆ ਤਾਂ ਵੀ ਠੀਕ ਆ, ਜੇ ਤੁਸੀਂ ਆਨਲਾਈਨ ਬੁੱਕ ਕਰਦੇ ਆ ਅਰਾਊਂਡ ਤੁਹਾਨੂੰ 450-500 ਰੁਪਏ ਦਾ ਪੈਂਦਾ ਹੈ ਵਾਲਾ, ਇਹਦੇ ਵਿੱਚ ਫੂਡ ਵੀ ਪ੍ਰੋਵਾਈਡ ਕਰਦੇ ਆ, ਜੇ ਤੁਸੀਂ ਫੂਡ ਇਹਨਾਂ ਖਾਣਾ ਚਾਹੁੰਦੇ ਆ ਤਾਂ ਫਿਰ ਇਹ 250 ਰੁਪਏ ਦੀ ਇੱਕ ਪਲੇਟ ਦਿੰਦੇ ਆ, ਤੁਸੀਂ ਆਪ ਹੀ ਬਾਹਰੋਂ ਵੀ ਖਾਣਾ ਚਾਹੁੰਦੇ ਆ ਮੰਗਾ ਕੇ, ਜਾਂ ਤੁਸੀਂ ਆਪ ਹੀ ਆਰਡਰ ਕਰਕੇ ਖਾਣਾ ਚਾਹੁੰਦੇ ਆ ਤਾਂ ਵੀ ਠੀਕ ਆ। ਇੱਥੇ ਹੋਰ ਵੀ ਤਾਂ ਬਾਹਰ ਬੈਨ ਨੂੰ ਪੀਂਘ ਲੱਗੀ ਹੋਈ ਆ, ਇੱਧਰ ਬੈਂਚ ਲੱਗਾ ਆ, ਮਾਰਨਿੰਗ ਤੁਹਾਨੂੰ ਮੈਂ ਪੂਰਾ ਵਿਊ ਦਿਖਾਉਂਗਾ ਇਹਦਾ ਪ੍ਰੋਪਰ। ਇੱਕ ਇਹਨਾਂ ਨੇ ਨਾ ਦੋ ਰੱਖੇ ਆ ਟਿੰਡੂ ਪਿੰਡੂ ਜੇ, ਭੁੱਖ ਲੱਗਦੀ ਪਈ ਆ, ਤੇ ਕੁਛ ਆਰਡਰ ਕਰਦਾ ਪਿਆ ਸੀਗਾ ਮੈਂ, ਤੇ ਅੱਜ ਨਾ ਇੱਥੇ ਸੰਡੇ ਸਾਰੀ ਮਾਰਕੀਟ ਬੰਦ ਆ। ਇੱਕ ਆ ਦੇਖੋ ਵੀ ਗਿਆ, ਉਹਦੇ ਗਿਆ, ਉਹਦੇ ਗਿਆ, ਉਹਦੇ ਗਿਆ, ਉਹਦੇ ਗਿਆ, ਇਹਦਾ ਪੈਰਾ ਵਿੱਚ ਆਇਆ ਯਾਰ, ਘੁੰਮਦੇ ਆ ਇੱਥੇ ਆ ਸੰਡੇ ਨਾ ਸਾਰੀ ਮਾਰਕੀਟ ਬੰਦ ਆ, ਮੈਂ ਕੁਛ ਆਰਡਰ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੀਗਾ, ਉਹਦਾ ਇੱਥੇ ਜਮਾਟੋ ਚੱਲਦਾ ਆ, ਬਟ ਹੁਣ ਕਹਿੰਦੇ ਕਿ ਤੁਹਾਨੂੰ ਜਿਹੜਾ ਫੂਡ ਆਪਾਂ ਡਿਲੀਵਰ ਨਹੀਂ ਕਰ ਸਕਦੇ ਬਿਕੋਜ਼ ਸਾਰੀ ਮਾਰਕੀਟ ਬੰਦ ਆ। ਜਿੱਥੇ ਆਪਾਂ ਰੁਕੇ ਨਾ ਗਿਫਟ ਹੋਮਸਟੇ, ਤੇ ਉੱਥੇ ਹੋਮਸਟੇ ਵੱਲੋਂ ਖਾਣਾ ਆਇਆ ਸੀਗਾ, ਤੇ ਇਸ ਖਾਣੇ ਦੀ ਗੱਲ ਹੁੰਦੀ ਵੀ ਸੀਗੀ ਕਿ ਤੁਹਾਨੂੰ ਆਪਾਂ 250 ਰੁਪਏ 'ਚ ਇੱਕ ਪਲੇਟ ਕਰਾਂਗੇ ਪ੍ਰੋਵਾਈਡ, ਹਨਾ ਆ ਦਿੱਤਾ ਇਹਨਾਂ ਨੇ ਪੂਰਾ ਬੋਲ ਦਾ ਭਰ ਕੇ ਪਨੀਰ ਦਾ, ਤੇ ਪਨੀਰ ਇਦਾਂ ਦਾ ਨਾ ਜਿੱਦਾਂ ਨਾ 3-4 ਦਿਨ ਦਾ ਬਣ ਬਣਿਆ ਹੁੰਦਾ, ਆਹ ਪਤਾ ਨਹੀਂ ਕੀ ਆਈਟਮ ਜੀ ਬਣਾਈ ਆ ਹੋਏ, ਆਹ ਰੋਟੀਆਂ ਨਾ ਗਾਈਸ ਦੇਖਿਓ ਏਦਾਂ, ਲਿਟਰਲੀ ਆਪਾਂ ਸਵੇਰ ਦੇ ਭੁੱਖੇ ਸੀਗੇ, ਇੰਨੇ ਟਾਈਮ ਤੋਂ ਵੇਟ ਕਰਦੇ ਪਏ ਨਾ ਖਾਣਾ ਦੀ, ਤੇ ਹੁਣ ਜਦੋਂ ਖਾਣਾ ਆਇਆ ਆ ਤੇ ਆਹ ਦੇਖੋ ਖਾਣੇ ਦਾ ਕੀ ਹਾਲ ਆ। ਤੁਸੀਂ ਹੋਮ ਸਟੇ ਆਓ ਗੁੱਡ ਆ, ਇੱਥੇ ਸਟੇ ਕਰੋ, ਪਰ ਖਾਣਾ ਆਪਣਾ ਬਾਹਰੋਂ ਮੰਗਵਾਓ ਜਾਂ ਖੁਦ ਆਪਣਾ ਸਮਾਨ ਸਮੂਹ ਲੈ ਕੇ ਨਾ ਇੱਥੇ ਖਾਣਾ ਆਪਣਾ ਖੁਦ ਬਣਵਾਓ। ਮਿਲਦੇ ਆ ਕੱਲ ਨੂੰ, ਹੁਣ ਕਾਫੀ ਪੀਣ ਲੱਗੇ ਆ, ਦੋ ਤਰ੍ਹਾਂ ਪੈਕਟ ਇੱਥੇ ਕੁਝ ਆਲੇ ਦੁਆਲੇ ਲੱਭਿਆ ਆ ਸਾਨੂੰ, ਤੇ ਹੁਣ ਕਾਫੀ ਦਾ ਅੱਜ ਪ੍ਰੋਸੈਸ ਚੱਲਦਾ ਪਿਆ ਆ, ਤੇ ਕਾਫੀ ਦਾ ਪ੍ਰੋਸੈਸ ਹਿਸਾਬ ਤਾਂ ਵੇਦਾ ਆ। ਕਾਟਨ ਚ ਕੀ ਕੀ ਪਾਇਆ ਹੁਣ, ਪਾਇਆ ਕੁਛ? ਬਸ ਆਨ ਆਫ ਹੁੰਦਾ ਪਿਆ ਆ, ਤੇ ਇੱਧਰ ਖੰਡ ਸੀਗੀ, ਹੁਣ ਇੱਧਰ ਬਣਦੀ ਪਈ ਆ ਕਾਫੀ, ਤੇ ਕਾਫੀ ਪੀ ਪੋ ਕੇ ਸੋ ਜਾਵਾਂਗੇ, ਬਾਕੀ ਸਵੇਰੇ ਦੇਖਦੇ ਆ, ਬਾਕੀ ਜੋ ਹੋਊਗਾ ਦੱਸ ਦੂੰਗਾ। ਅੱਜ ਤਾਂ ਬਲੌਗ ਬਸ ਇੰਨੇ ਸੀਗਾ, ਬਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਰ ਦਿਓ, ਤਦ ਲਈ ਬਾਬੇ, ਟੇਕ ਕੇਅਰ, ਰੱਬ ਰੱਖਾ।